ਲੋਕ ਸਭਾ ਚੋਣਾਂ ਦਾ ਤੀਜਾ ਪੜਾਅ 11 ਸੂਬੇ 93 ਸੀਟਾਂ 1352 ਉਮੀਦਵਾਰ ਗੁਜਰਾਤ ਦੀਆਂ ਸਾਰੀਆਂ 25 ਸੀਟਾਂ ਤੇ ਵੋਟਿੰਗ ਪੀਐਮ ਮੋਦੀ ਦੇ ਸਵਾਗਤ ਲਈ ਪਹੁੰਚੇ ਸਨ ਅਮਿਤ ਸ਼ਾਹ ਪੀਐਮ ਮੋਦੀ ਨੇ ਪਾਈ ਆਪਣੀ ਵੋਟ ਦੇਸ਼ 'ਚ ਤੀਜੇ ਗੇੜ ਦੀ ਵੋਟਿੰਗ ਜਾਰੀ 11 ਸੂਬਿਆਂ ਦੀਆਂ 93 ਸੀਟਾਂ ਤੇ ਹੋ ਰਹੀ ਵੋਟਿੰਗ 1352 ਉਮੀਦਵਾਰਾਂ ਦੀ ਕਿਸਮਤ ਦਾ ਹੋਵੇਗਾ ਫੈਸਲਾ ਪੀਐਮ ਮੋਦੀ ਦੀ ਲੋਕਾਂ ਨੂੰ ਵੱਧ ਤੋਂ ਵੱਧ ਵੋਟ ਪਾਉਣ ਦੀ ਅਪੀਲ ਲੋਕ ਸਭਾ ਚੋਣਾਂ ਦਾ ਤੀਜਾ ਪੜਾਅ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪਾਇਆ ਆਪਣਾ ਵੋਟ ਆਪਣੀ ਪਤਨੀ ਸੋਨਲ ਸ਼ਾਹ ਦੇ ਨਾਲ ਪਾਈ ਵੋਟ ਵੋਟ ਪਾਉਣ ਤੋਂ ਬਾਅਦ ਕਾਮੇਸ਼ਵਰ ਮਹਾਦੇਵ ਮੰਦਰ 'ਚ ਕੀਤੀ ਪੂਜਾ ਸੀਐਮ ਕੇਜਰੀਵਾਲ ਦੀ ਜ਼ਮਾਨਤ ਦੇ ਅੱਜ ਸੁਪਰੀਮ ਕੋਰਟ ਦੇ ਵਿੱਚ ਅਹਿਮ ਸੁਣਵਾਈ ਅੱਜ ਕੇਜਰੀਵਾਲ ਤੇ ਈਡੀ ਦਾ ਪੱਖ ਸੁਣੇਗੀ ਸੁਪਰੀਮ ਕੋਰਟ ਸੀਐਮ ਕੇਜਰੀਵਾਲ ਲੋਕ ਸਭਾ ਚੋਣਾਂ ਦੇ ਲਈ ਮੰਗੀ ਅੰਤਰਿਮ ਜ਼ਮਾਨਤ ਤਿਹਾੜ ਜੇਲ੍ਹ ਦੇ ਵਿੱਚ ਨਿਆਇਕ ਹਿਰਾਸਤ 'ਚ ਨੇ ਕੇਜਰੀਵਾਲ ਝਾਰਖੰਡ ਦੇ ਵਿੱਚ ਈਡੀ ਦੀ ਵੱਡੀ ਕਾਰਵਾਈ ਮੰਤਰੀ ਆਲਮਗੀਰ ਆਲਮ ਦਾ ਓਐਸਜੀ ਤੇ ਨੌਕਰ ਗ੍ਰਿਫਤਾਰ ਨੌਕਰ ਦੇ ਘਰੋਂ ਮਿਲੇ 35 ਕਰੋੜ 23 ਲੱਖ ਰੁਪਏ ਬਰਾਮਦ ਕੀਤੀ ਗਈ ਰਕਮ ਦੀ ਕੱਲ੍ਹ ਰਾਤ ਕੀਤੀ ਗਈ ਪੂਰੀ ਗਿਣਤੀ ਝਾਰਖੰਡ ਦੇ ਰਾਂਚੀ ਵਿੱਚ ਰੇਡ ਕਰ ਜ਼ਬਤ ਕੀਤੀ ਗਈ ਰਕਮ ਜੰਮੂ ਕਸ਼ਮੀਰ ਦੇ ਅਨੰਤਨਾਗ ਦੇ ਵਿੱਚ ਵੱਡਾ ਆਪਰੇਸ਼ਨ ਸੁਰੱਖਿਆ ਬਲਾਂ ਦੇ ਦਹਿਸ਼ਤਗਰਦਾਂ ਵਿਚਾਲੇ ਮੁੱਠਭੇੜ ਫੌਜ ਨੇ 2-3 ਅੱਤਵਾਦੀਆਂ ਨੂੰ ਪਾਇਆ ਘੇਰਾ ਵੱਡੇ ਪੱਧਰ ਤੇ ਚੱਲ ਰਿਹਾ ਸਰਚ ਆਪਰੇਸ਼ਨ ਪੁੰਛ ਅੱਤਵਾਦੀ ਹਮਲੇ ਤੋਂ ਬਾਅਦ ਜਾਰੀ ਸਰਚ ਅਭਿਆਨ ਵਿਦਿਆਰਕੇਪੁਰਮ ਦੇ ਵਿੱਚ ਇੱਕ ਵਿਅਕਤੀ ਦਾ ਚਾਕੂ ਮਾਰ ਕੇ ਕਤਲ ਆਟੋ ਚਾਲਕ ਨੇ 35 ਸਾਲਾਂ ਵਿਅਕਤੀ ਦਾ ਕੀਤਾ ਕਤਲ ਜਿਸ ਦੇ ਉੱਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਸ਼ੁਰੂ ਦਿੱਲੀ ਦੀ ਫੈਕਟਰੀ ਦੇ ਵਿੱਚ ਲੱਗੀ ਭਿਆਨਕ ਅੱਗ ਨਰੇਲਾ ਇਲਾਕੇ ਦੇ ਵਿੱਚ ਪਲਾਸਟਿਕ ਫੈਕਟਰੀ 'ਚ ਲੱਗੀ ਅੱਗ ਫੈਕਟਰੀ ਤੋਂ ਉੱਠ ਰਿਹਾ ਧੂੰਏ ਦਾ ਅੰਬਰ ਮੌਕੇ ਤੇ ਮੌਜੂਦ ਫਾਇਰ ਬ੍ਰਿਗੇਡ ਨੇ ਅੱਗ ਤੇ ਪਾਇਆ ਕਾਬੂ ਉੱਤਰ ਪ੍ਰਦੇਸ਼ ਦੇ ਮੈਨਪੁਰੀ ਦੇ ਵਿੱਚ 3 ਬੱਚੇ ਨਹਿਰ 'ਚ ਡੁੱਬੇ ਇੱਕ ਬੱਚੇ ਦੀ ਲਾਸ਼ ਬਰਾਮਦ ਸ਼ਨੀਵਾਰ ਨੂੰ ਇਹ 3ੋਂ ਬੱਚੇ ਕਿਸ਼ਨੀ ਖੇਤਰ ਦੀ ਨਹਿਰ 'ਚ ਗਏ ਸਨ ਨਹਾਉਣ ਇੱਕ ਬੱਚੇ ਦੀ ਲਾਸ਼ ਬਰਾਮਦ 2 ਦੀ ਭਾਲ ਜਾਰੀ ਸੀਆਈਐਸਸੀਈ ਨੇ ਨਤੀਜਾ ਐਲਾਨਿਆ 10ਵੀਂ 12ਵੀਂ ਜਮਾਤ ਦੇ ਵਿੱਚ ਕੁੜੀਆਂ ਨੇ ਫਿਰ ਮਾਰੀ ਬਾਜ਼ੀ ਸਕੱਤਰ ਜੋਸਫ ਇਮੈਨੁਅਲ ਦਿੱਤੀ ਜਾਣਕਾਰੀ